ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਕੁਛ ਇੱਕ ਪੁਲਿਸ ਵਾਲਿਆਂ ਦੀਆਂ ਜਦੋਂ ਅਸੀਂ ਗੱਲਾਂ ਸੁਣੀਦੀਆਂ ਤਾਂ ਸੱਚਮੁੱਚ ਉਹਨਾਂ 'ਤੇ ਫਖਰ ਮਹਿਸੂਸ ਹੁੰਦਾ ਹੈ ਕਿ ਇੰਨੇ ਅੱਛੇ ਦਿਲ ਵਾਲੇ ਨੇ ਜੋ ਆਪਣੀ ਡਿਊਟੀ ਦੇ ਨਾਲ ਬਿਲਕੁਲ ਇਨਸਾਫ ਕਰਦੇ ਨੇ। ਲੇਕਿਨ ਕੁਛ ਆਪਣਾ ਇਲਾਕਾ ਛੱਡ ਕੇ ਜਦੋਂ ਦੂਜੇ ਇਲਾਕੇ ਦੇ ਵਿੱਚ ਜਾਂਦੇ ਨੇ ਤਾਂ ਲੋਕ ਫਿਰ ਉਹਨਾਂ ਨੂੰ ਧਰ ਲੈਂਦੇ ਨੇ। ਦਰਅਸਲ ਨਾਭੇ ਦੀ ਪੁਲਿਸ ਧੁਰੀ ਕੀ ਕਰਨ ਗਈ ਸੀ? ਦੱਸਿਆ ਇਹ ਜਾ ਰਿਹਾ ਕਿ ਘਰੋਂ ਇੱਕ ਜਨਾਨੀ ਨੂੰ ਚੱਕਣ ਵਾਸਤੇ ਜਾ ਰਹੀ ਸੀ ਜਦੋਂ ਨਾਭੇ ਦੀ ਪੁਲਿਸ ਦਾ ਲੋਕਾਂ ਨੂੰ ਪਤਾ ਲੱਗਾ ਕਿ ਧੁਰੀ ਵਿੱਚ ਆ ਕੇ ਵਾਰਦਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਪਿੰਡ ਵਾਸੀਆਂ ਨੇ ਫਿਰ ਪੁਲਿਸ ਨੂੰ ਘੇਰ ਲਿਆ। ਕਿਵੇਂ ਘੇਰਿਆ ਪਹਿਲਾਂ ਵੇਖੋ ਇਹ ਪੂਰਾ ਵੀਡੀਓ। ਜਦੋਂ ਕੇਸ ਧੂਰੀ ਦਾ ਹੈ ਨਾਭੇ ਵਾਲਿਆਂ ਦਾ ਕੀ ਰੋਲ ਇਹਦੇ ਵਿੱਚ? ਇਹ ਨਾਲ ਮਿਲ ਕੇ ਹੋਇਆ ਸਾਰਾ ਕੰਮ। ਆਹ ਦੇਖੋ ਸਟਾਰ ਲੱਗੇ ਨੇ ਮੋਢਿਆਂ ਦੇ, ਕੀ ਕਰਦੇ ਨੇ, ਬਣ ਰਹੇ ਆ। ਆਹ ਦੇਖੋ ਬਾਈ ਜੀ, ਇਹ ਨਾਲ ਗੁੰਡਾਗਰਦੀ ਕਰਾ ਰਹੇ ਪਿੰਡਾਂ ਦੇ ਵਿੱਚ। ਹਾਂ, ਨਾਭੇ ਦੀ ਪੁਲਿਸ ਆ ਇਹ ਧੂਰੀ ਦੇ ਵਿੱਚ ਆਉਣ ਦਾ ਕੀ ਹੱਕ ਇਹਨਾਂ ਦਾ? ਸਹਿਮਤੀ ਨਾਲ ਕੰਮ ਹੋ ਰਿਹਾ ਹੈ, ਸਹਿਮਤੀ ਨਾਲ ਕੰਮ ਹੋ ਰਿਹਾ ਜੀ। ਇਹ ਨਾਭੇ ਦੀ ਪੁਲਿਸ ਬੰਦੇ ਨੂੰ ਲੈ ਕੇ ਜਨਾਨੀ ਚੱਕ ਰਹੀ ਜਾ ਘੇਰ। ਆਹ ਦੇਖੋ ਇਹਨਾਂ ਦਾ ਹਾਲ, ਇਹਨਾਂ ਦੀ ਸਹਿਮਤੀ ਨਹੀਂ ਨਾਭੇ ਦੀ ਪੁਲਿਸ ਆ ਵੀਰੇ, ਨਾਭੇ ਦੀ ਪੁਲਿਸ ਨੇ ਆਹ ਕੰਮ ਕਰਿਆ। ਦੇਖੋ ਬਾਈ ਅੱਜ ਜਿਹੜਾ ਕਾਰਵਾਈ ਹੋ ਰਹੀ ਹੈ ਇਹ ਨਾਭੇ ਦੀ ਪੁਲਿਸ ਨੇ ਕਰਾਇਆ ਸਾਰਾ ਕੁਝ। ਧੂਰੀ ਦੇ ਵਿੱਚ ਗੱਲ ਹੋਈ ਹੈ, ਬਿਲਕੁਲ ਜੀ ਬਿਲਕੁਲ। ਔਰ ਦੇਖੋ ਸਟਾਰ ਲੱਗੇ ਹੋਏ ਨੇ ਲੇਕਿਨ ਕੋਈ ਜਵਾਬ ਨਹੀਂ ਦੇ ਰਹੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਲੇਕਿਨ ਉਹਨਾਂ ਦੇ ਆਉਣ ਦਾ ਕਾਰਨ ਜਦੋਂ ਪੁੱਛਦੇ ਨੇ ਤਾਂ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਨੇ। ਹੁਣ ਇੱਥੇ ਸਵਾਲ ਇਹ ਹੈ ਦੋਸਤੋ ਕਿ ਨਾਭੇ ਦੀ ਪੁਲਿਸ ਧੁਰੀ ਕੀ ਕਰਨ ਗਈ ਸੀ, ਉਸ ਲੇਡੀ ਦੇ ਘਰ ਕੀ ਕਰਨ ਗਈ ਸੀ, ਉਸ ਲੇਡੀ ਦਾ ਕੀ ਗੁਨਾਹ ਸੀ, ਕੀ ਦੋਸ਼ ਸੀਗਾ ਜਿਸ ਨੂੰ ਉਹ ਸਾਬਤ ਕਰਨ ਵਾਸਤੇ ਮਨ ਨਾਭਾ ਛੱਡ ਕੇ ਧੁਰੀ ਉਹਨਾਂ ਨੂੰ ਆਉਣਾ ਪਿਆ। For all updated news, please subscribe A1 News and click the bell icon.